ਕਰੋਨਾ ਵਾਇਰਸ ਦੀ ਰੋਕਥਾਮ ਲਈ ਅੱਜ ਸਾਡੇ ਪਿੰਡ ਹੇਰਾਂ ਵਿੱਚ ਸਰਕਾਰ ਵੱਲੋਂ ਭੇਜੀ ਗਈ ਦਵਾਈ ਨਾਲ ਸਾਰੇ ਪਿੰਡ ਵਿੱਚ ਅਤੇ ਡੇਰਿਆਂ 'ਤੇ ਬੜੀ ਜ਼ੋਰ ਸ਼ੋਰ ਨਾਲ ਨੌਜਵਾਨ ਵੀਰਾਂ ਨੇ ਸਰਪੰਚ ਮੁਖਤਿਆਰ ਸਿੰਘ ਹੇਰ ਮੈਂਬਰ ਜ਼ਿਲ੍ਹਾ ਪਰਿਸ਼ਦ ਦੀ ਅਗਵਾਈ ਹੇਠ ਟਰੈਕਟਰ ਨਾਲ ਪੰਪ ਪਾ ਕੇ ਸਪਰੇਅ ਦਾ ਛਿੜਕਾਅ ਕੀਤਾ ਜੋ ਕਿ 12 ਵਜੇ ਤੋਂ ਸ਼ਾਮ 7 ਵਜੇ ਤੱਕ ਸਾਰੇ ਪਿੰਡ ਅਤੇ ਗਲੀਆਂ ਨੂੰ ਕਵਰ ਕਰਦਾ ਹੋਇਆ ਪਿੰਡ ਦੇ ਡੇਰੇ ਸੁਸਾਇਟੀ ਬੈਂਕ ਸਕੂਲ ਡਿਸਪੈਂਸਰੀ ਅਤੇ ਬਿਜਲੀ ਘਰ ਕੋਟਲਾ ਜੰਗਾਂ ਗ੍ਰੈਡ ਆਦਿ ਨੂੰ ਸੈਨੇਟਾਈਜ਼ਰ ਕੀਤਾ। ਇਸ ਮੌਕੇ ਸਰਪੰਚ ਮੁਖਤਿਆਰ ਸਿੰਘ ਹੇਰ ਨੇ ਸਾਰੀ ਟੀਮ ਕਸ਼ਮੀਰ ਸਿੰਘ ਪੰਚ ਸੋਖਾ ਠੇਕੇਦਾਰ ਪੰਚ ਡਾਕਟਰ ਯੂਸਫ ਮੈਂਗਰ ਮੈਂਬਰ ਬਲਾਕ ਸੰਮਤੀ NRA ਵੀਰ ਸੰਤਾ ਹੇਰਾਂ ਵਾਲਾ ਸਵਰਨ ਸਿੰਘ USA ਗੀਤਕਾਰ ਮੈਂਟੂ ਹੇਰ ਸਲੀਮ ਰਾਏ ਪੰਚ ਜਸਵਿੰਦਰ ਸਿੰਘ ਹੇਰ ਗੱਗਾ ਹੇਰ ਰੋਬਨ ਹੇਰ ਸਿਕੰਦਰ ਹੇਰ ਗੋਰਾ ਹੇਰ ਅੰਗਰੇਜ਼ ਗੁਰਪ੍ਰੀਤ ਗੋਪੀ ਬੱਲੂ ਹੇਰ ਹਰਸ਼ ਜੱਸੀ ਅਜਮੇਰ ਸਿੰਘ ਹੇਰ ਅਰਸ਼ ਗੋਰਾ ਸ਼ੀਪਾ ਜੱਸਾ ਹੇਰ ਮੰਗੀ ਖਾਲਸਾ ਗੁਰਦੀਪ ਸਿੰਘ ਪੰਮਾ ਆਦਿ ਦਾ ਬਹੁਤ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਜਦੋਂ ਇਹ ਸਮਾਂ ਸਹੀ ਹੋ ਜਾਂਦਾ ਤਾਂ ਅਸੀਂ ਸਾਰੀ ਟੀਮ ਦਾ ਪਿੰਡ ਵੱਲੋਂ ਵਧੀਆ ਤਰੀਕੇ ਨਾਲ ਇਹਨਾਂ ਨੌਜਵਾਨ ਵੀਰਾਂ ਦਾ ਵਿਸ਼ੇਸ਼ ਸਨਮਾਨ ਕਰਾਂਗੇ। ਇਸ ਦੀ ਸਾਰੀ ਲਾਈਵ ਕਵਰੇਜ ਪੰਜਾਬ TV ਤੋਂ ਜਸਵੀਰ ਸਿੰਘ ਰਾਜਾ ਨੇ ਕੀਤੀ। ਸਰਪੰਚ ਮੁਖਤਿਆਰ ਸਿੰਘ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ। ਪਰਮ ਸਤਿਕਾਰਯੋਗ ਗੁਰੂ ਤੇਗ ਸਾਹਿਬ ਸੰਗਤ ਜੀ, ਆਪਾਂ ਸਾਰੇ ਜਾਣਦੇ ਹਾਂ ਕਿ ਆਪਣੇ ਪੂਰੇ ਹੀ ਦੁਨੀਆ ਦੇ ਵਿੱਚ ਇੱਕ ਬਹੁਤ ਭਿਆਨਕ ਬਿਮਾਰੀ ਕਰੋਨਾ ਜਿਹੜੀ ਉਹ ਫੈਲੀ ਹੋਈ ਹੈ, ਅਤੇ ਉਹ ਕੋਈ ਊਚ ਨੀਚ ਗਰੀਬ ਜਾਂ ਉੱਚਿਆਂ ਨੂੰ ਕੋਈ ਨਹੀਂ ਦੇਖਦੀ, ਕੋਈ ਜਾਤ ਪਾਤ ਨਹੀਂ ਦੇਖਦੀ, ਹਰੇਕ 'ਤੇ ਹੀ ਹਮਲਾ ਕਰਦੀ ਹੈ। ਇਸੇ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡੇ ਪਿੰਡ ਹੇਰਾਂ ਦੇ ਗ੍ਰਾਮ ਪੰਚਾਇਤ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਪੰਚ ਮੁਖਤਿਆਰ ਸਿੰਘ ਜੀ ਦੀ ਰਹਿਨੁਮਾਈ ਹੇਠ ਪੂਰੀ ਪੰਚਾਇਤ ਵੱਲੋਂ ਔਰ ਪੂਰੇ ਨਗਰ ਦੇ ਵੱਲੋਂ ਬਹੁਤ ਸਾਰਾ ਸਹਿਯੋਗ ਦਿੱਤਾ ਜਾ ਰਿਹਾ, ਜਿਹਦੇ ਵਿੱਚ ਪਿੰਡ ਦੇ ਵਿੱਚ ਬਹੁਤ ਦਫ਼ਾ ਅਲੱਗ ਅਲੱਗ ਤਰੀਕਿਆਂ ਦੇ ਨਾਲ ਜਿਹੜੀ ਦਵਾਈ ਦਾ ਛਿੜਕਾਅ ਉਹ ਕੀਤਾ ਗਿਆ ਹੈ। ਹਰ ਗਰੀਬ ਘਰ ਦੇ ਵਿੱਚ ਜਾ ਕੇ ਪੰਚਾਇਤ ਆਪ ਖੁਦ ਉਹਨਾਂ ਨੂੰ ਰਾਸ਼ਨ ਪਾਣੀ ਦੇ ਰਹੀ ਹੈ, ਸਾਰਾ ਕੁਛ ਬੜੇ ਵਧੀਆ ਤਰੀਕੇ ਨਾਲ ਚੱਲ ਰਿਹਾ। ਅਤੇ ਮੈਂ ਸਾਰੇ ਹੀ ਸੰਗਤ ਨੂੰ ਬੇਨਤੀ ਕਰਦਾ ਕਿ ਆਪਾਂ ਜਿੰਨੇ ਵੀ ਸਾਡੀ ਪੰਜਾਬ ਪੁਲਿਸ ਹੈ ਜਾਂ ਡਾਕਟਰ ਆ ਹੈਲਥ ਡਿਪਾਰਟਮੈਂਟ ਜਾਂ ਹੋਰ ਵੀ ਜਿੰਨੇ ਲੋਕ ਇਸ ਮਹਾਂਮਾਰੀ ਦੇ ਸਮੇਂ ਕੰਮ ਕਾਰ ਕਰ ਰਹੇ ਆ, ਰੋਡ 'ਤੇ ਵਿਚਰ ਰਹੇ ਆ, ਉਹਨਾਂ ਸਾਰਿਆਂ ਦਾ ਆਪਾਂ ਕਹਿਣਾ ਮੰਨੀਏ, ਸਾਰਿਆਂ ਦਾ ਸਵਾਗਤ ਕਰੀਏ। ਮੈਂ ਇੱਕ ਵਾਰੀ ਫਿਰ ਆਪਣੇ ਵੱਲੋਂ ਇਹ ਸਮੂਹ ਗ੍ਰਾਮ ਪੰਚਾਇਤ ਦਾ ਪੂਰੀ ਦੁਨੀਆ ਦਾ ਜਿਹੜੇ ਇਹਨਾਂ ਦਾ ਸਾਥ ਦੇ ਰਹੇ ਆ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਸੋਖਾ ਪੰਚ ਅਤੇ ਪਿੰਡ ਵਿੱਚ ਸਪਰੇਅ ਕੀਤੀ ਜਾ ਰਹੀ ਆ ਸਾਰੀ ਪੰਚਾਇਤ ਵੱਲੋਂ, ਤਾਰ ਸਰਪੰਚ ਵੱਲੋਂ ਅਤੇ ਸਾਰੀ ਨਗਰ ਨਿਵਾਸੀਆਂ ਦੀ ਸੁੱਖ ਸ਼ਾਂਤੀ ਦੀ। ਦੇਖੋ ਅੱਜ ਅਸੀਂ ਸਰਕਾਰ ਵੱਲੋਂ ਭੇਜੀ ਗਈ ਸੈਨੀਟਾਈਜ਼ਰ ਦੀ ਸਪਰੇਅ ਪਿੰਡ ਵਿੱਚ ਕਰਨ ਜਾ ਰਹੇ ਹਾਂ। ਸਾਰੇ ਸਾਡੀ ਟੀਮ ਸਾਡੇ ਪਿੰਡ ਦੇ ਨੌਜਵਾਨ ਮੁੰਡੇ ਪੂਰੇ ਜ਼ੋਰਾਂ ਸ਼ੋਰਾਂ ਨਾਲ ਤਿਆਰੀ ਕਰਕੇ ਖੜ੍ਹੇ ਆ, ਅਤੇ ਹੁਣ ਅਸੀਂ ਲਗਾਤਾਰ ਸਾਰੇ ਪਿੰਡ ਵਿੱਚ ਸਪਰੇਅ ਇਕੱਲੇ ਇਕੱਲੇ ਘਰ ਦੇ ਮੂਹਰੇ ਹਰੇਕ ਗਲੀ ਦੇ ਵਿੱਚ ਜਾ ਕੇ ਕਰਕੇ ਆਵਾਂਗੇ, ਅਤੇ ਹੋਰ ਵੀ ਸਾਰਾ ਚੀਜ਼ ਦਾ ਧਿਆਨ ਰੱਖਦੇ ਹੋਏ ਨੌਜਵਾਨਾਂ ਨੂੰ ਵੀਰ ਬੇਨਤੀ ਕਰਦਾ ਕਿ ਤੁਸੀਂ ਬੜੇ ਤਰੀਕੇ ਦੇ ਨਾਲ ਕੋਈ ਦਵਾਈ ਵੇਸਟ ਨਹੀਂ ਕਰਨੀ, ਜਿੱਥੇ ਜ਼ਰੂਰੀ ਆ ਉੱਥੇ ਹਰ ਥਾਂ ਕਰਨ ਦੀ ਕੋਸ਼ਿਸ਼ ਕਰਨੀ। ਪਿੰਡ ਦੇ ਵਿੱਚ ਸੈਨੇਟਾਈਜ਼ਰ ਸਪਰੇਅ ਕਰਕੇ ਪਿੰਡ ਨੂੰ ਸੈਨੇਟਾਈਜ਼ ਕੀਤਾ ਗਿਆ, ਅਤੇ ਹੁਣ ਸਾਡੇ ਪਿੰਡ ਵਿੱਚ ਸਾਰੇ ਡੇਰੇ ਵੀ ਅਤੇ ਸਾਰਾ ਪਿੰਡ ਵੀ ਸਪਰੇਅ ਨਾਲ ਕੰਪਲੀਟ ਹੋ ਗਿਆ ਆ। ਹੁਣ ਨੌਜਵਾਨ ਮੁੰਡੇ ਸਾਰੇ ਆਪਣੇ ਜ਼ੋਰਾਂ ਸ਼ੋਰਾਂ ਨਾਲ ਲੱਗੇ ਸੀ, ਅਤੇ ਇਸ ਤੋਂ ਬਾਅਦ ਦੁਬਾਰਾ ਜਦੋਂ ਸਾਡੇ ਕੋਲ ਦਵਾਈ ਆਊਗੀ ਅਤੇ ਅਸੀਂ ਇੱਦਾਂ ਸਰਕਾਰ ਦੇ ਹੁਕਮਾਂ ਮੁਤਾਬਕ ਉਹਨੂੰ ਪੂਰਾ ਕਰਦੇ ਰਹਾਂਗੇ। ਅਤੇ ਮੈਂ ਨਾਲ ਦੀ ਨਾਲ ਸਾਡੇ ਨੌਜਵਾਨ ਵੀਰ ਜਿਹੜੇ ਮੇਰੇ ਪਿੰਡ ਦੇ ਨਾਲ ਮੂਹਰੇ ਹੋ ਕੇ ਕੰਮ ਕਰ ਰਹੇ ਆ ਸਾਡੀ ਪੰਚਾਇਤ
ਅਤੇ NRI ਵੀਰ, ਮੈਂ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ।